हां की हाल चाल ਨੇ استاد ਤੇ ਅੱਜ ਬਿਲੇ ਬੈਠੇ ਸੀਗੇ ਮੈਂ ਸੋਚਿਆ ਚੱਲ ਕੁਝ ਨੌਲੇਜ ਦੀਆਂ ਗੱਲਾਂ ਪਾਈਆਂ ਨਾਲ ਸ਼ੇਅਰ ਕਰੀਏ ਤੇ ਉਹ ਕੀ ਨੌਲੇਜ ਹੋ ਸਕਦੀ ਹੈ ਉਸ ਨੂੰ ਥੋੜੇ ਚਿਰ ਬਾਅਦ ਪਤਾ ਲੱਗੂਗਾ ਤੇ ਜਿੰਨੀ ਕ ਆਪਣੇ ਕੋਲੇ ਹੁੰਦੀ ਉਹ ਨੌਲੇਜ ਆਪਾਂ ਨੂੰ ਦੇਣੀ ਚਾਹੀਦੀ ਅੱਗੇ ਕਿਉਂਕਿ ਨੌਲੇਜ ਬੰਡਣ ਨਾਲ ਵੱਧਦੀ ਹੁੰਦੀ ਹਮੇਸ਼ਾ ਘਟਦੀ ਨਹੀਂ ਹੁੰਦੀ ਅਗਲਾ ਕਿਹੜਾ ਆਪਣਾ ਦਿਮਾਗ ਖੋਕੇ ਲੈ ਜਾਊਗਾ ਤੇ ਜਿੰਨੀ ਕਿਸੇ ਆਪਾਂ ਤੁਹਾਨੂੰ ਸਾਰੀ ਅੱਗੇ ਸਮਝਾਵਾਂਗੇ ਕਾਦੇ ਬਾਰੇ ਨੌਲੇਜ ਹੈ ਤੇ ਕਾਦੇ ਬਾਰੇ ਕੀ ਆ ਤੇ ਬਾਕੀ ਜੁੜੇ ਰਹੋ ਆਪਣੇ ਨਾਲ ਕੈਂਟ ਗੱਲਾਂ ਸੁਣਾਵਾਂਗੇ ਅੱਜ ਜਾ ਕੇ ਸਾਰੀ ਜਾਣਕਾਰੀ ਦੇ ਦੇਣੀ ਆ ਵੀ ਕੀ ਸਿਸਟਮ ਹੈ ਕੀ ਨਹੀਂ ਤੇ ਬਸ ਜੁੜੇ ਰਹੋ ਵੈਸਟਨ ਬੇਨਡੂ ਵੈਸਟਨ ਬੇਨਡੂ ਕੀ ਹਾਲ ਚਾਲ ਆ ਬਾਈ ਸਾਰੇ ਪੈਣਾ ਤੇ ਭਰਾਵਾਂ ਦੇ ਤੇ ਤੁਹਾਡਾ ਸਵਾਗਤ ਕਰਦੇ ਆ ਆਪਣੇ ਨਵੇਂ ਬਲੌਗ ਦੇ ਨਾਲ ਇਹ ਬਲੌਗ ਹੈ ਨਾ ਜਿਹੜਾ ਥੋੜੇ ਉਹ ਤੁਹਾਡੇ ਵਾਸਤੇ ਥੋੜਾ ਸਪੈਸ਼ਲ ਹੋਣ ਜਾ ਰਹੇ ਆ ਪਤਾ ਕਿਉਂ ਕਿਉਂਕਿ ਮੈਨੂੰ ਪੱਕਾ ਪਤਾ ਵੀ ਤੁਸੀਂ ਮੇਰੇ ਵਾਂਗੂ ਬੇਲੀ ਹੋਊਂਗੇ ਤੇ ਤੁਹਾਨੂੰ ਦੱਸਣਾ ਚਾਹਣਾ ਵੀ YouTube ਤੇ ਵੀ ਇਹ ਸਿਸਟਮ ਹੈ ਕਿਦੇ ਪੈਸੇ ਬਹੁ ਬਣਦੇ ਨੇ ਤੇ ਕਈਆਂ ਨੇ ਮੈਨੂੰ ਮੈਸੇਜ ਆਏ ਸੀਗੇ ਕੁੜੀਆਂ ਦੇ ਵੀ ਆਏ ਮੁੰਡਿਆਂ ਦੇ ਵੀ ਤੇ ਥੋੜੇ ਕਪਲਸ ਦੇ ਵੀ ਆਏ ਵੀ ਬਾਈ ਅਸੀਂ ਵੀ ਬਲੌਗ ਬਣਾਉਣਾ ਸ਼ੁਰੂ ਕਰਨਾ ਹੈਗਾ ਵੀ ਵਿਲੇ ਬੈਠੇ ਰਹਿਣਾ ਕਰੇ ਤੇ ਬਲੌਗ ਬਣਾ ਲਿਆ ਕਰਾਂਗੇ ਚੱਲ ਤੇ ਇਹ ਤੁਹਾਨੂੰ ਬਲੌਗਾਂ ਬਾਰੇ ਦੱਸਣਾ ਵੀ ਇਹ ਕਿਵੇਂ YouTube ਤੋਂ ਕਮਾਈ ਹੁੰਦੀ ਹੈ ਕਿੰਨੀ ਕਮਾਈ ਹੁੰਦੀ ਆ ਤੇ ਕੀ ਹਿਸਾਬ ਕਿਤਾਬ ਹੁੰਦਾ ਹੈ ਨਾ ਇਹਦਾ ਤੇ ਬਾਕੀ ਵਿਕਰਦਿਆਂ ਨੂੰ ਕਿਵੇਂ ਹੈਂਡਲ ਕਰਨਾ ਕਈ ਵਾਰੀ ਕਰਦੇ ਕਹਿ ਦਿੰਦੇ ਨੇਗੇ ਵੀ ਤੂੰ ਹੀ ਸਾਰਦ ਨਹੀਂ ਬੋਲੀ ਆਏ ਕਰੇਗਾ ਹੁਣ ਹਨਾ ਇਹ ਸਾਰੀਆਂ ਗੱਲਾਂ ਤੁਹਾਨੂੰ ਬਲੌਗ ਦੇ ਅੰਦਰ ਸਾਰੀਆਂ ਸਮਝਾਉਣੀਆਂ ਨੇ ਕੀ ਸਾਬ ਕਿਤਾਬ ਤੇ ਬਾਕੀ ਜਿਹੜੇ ਰੋਸ ਤਾਂ ਅੱਜ ਪੂਰਾ ਸਮਝਾ ਕੇ ਤੁਰੂਗਾ ਇਕੱਲੇ ਇਕੱਲੇ ਬੰਦੇ ਨੂੰ ਜਿਹੜੇ ਰੋ ਬਸ ਹਾਂਜੀ ਤੇ ਕਰਦੇ ਆ ਸ਼ੁਰੂ ਗੱਲਬਾਤ YouTube ਦੇ ਬਾਰੇ ਚ ਹੁਣ ਸਾਨੂੰ ਬੰਦਾ ਉਹੀ ਸਹੀ ਸਮਝਾ ਸਕਦਾ ਜਿਹੜਾ ਆਪ ਸ਼ੁਰੂ ਤੋਂ ਚੱਲਿਆ ਹੋਵੇ ਮੈਂ ਹਲੇ ਸ਼ੁਰੂ ਤੋਂ ਚੱਲਿਆਂਗਾ YouTube ਦਾ ਮਾ ਕੋ ਬਬ ਪਹਿਲਾਂ ਦਾ ਨਹੀਂ ਹੈਗਾ ਮਤਲਬ ਹੁਣ ਹੀ ਸ਼ੁਰੂ ਕਰੇ ਸਿਸਟਮ ਹੁਣ ਹੀ ਮੋਨਟਾਈਜ਼ ਹੋਣਾ ਤੇ ਇਹਦੇ ਬਾਰੇ ਨਾ ਆਏ ਆ ਸਿਸਟਮ ਵੀ ਬੰਦੇ ਨੂੰ ਜਦੋਂ ਸ਼ੁਰੂ ਕਰਦਾ ਪਹਿਲਾਂ ਤਾਂ ਜਿਹੜੇ ਆਪਾਂ YouTube ਚਲਾਉਨੇ ਹਨ ਉਹ ਆਪਣਾ ਇੱਕ ਤਰ੍ਹਾਂ ਦਾ ਚੈਨਲ ਹੀ ਆ ਉਹਦੇ ਉੱਪਰ ਆਪਸ਼ਨ ਆਉਂਦੀ ਹੁੰਦੀ ਹੈ ਯੂਰ ਚੈਨਲ ਉੱਥੇ ਖੋਲ ਕੇ ਅੰਦਰ ਉਹਨੂੰ ਸਾਰਾ ਐਡਿਟ ਕਰਕੇ ਘੈਂਟ ਬਣਾ ਲਿਓ ਤੇ ਉਸਦੋਂ ਬਾਅਦ ਆਪਾਂ ਅਪਲੋਡ ਕਰ ਦਿਆਂ ਜਦੋਂ ਕੋਈ ਚੀਜ਼ ਤੇ ਉਹ ਜਿਹੜੇ ਹਰ ਰੋਜ਼ ਮਿੰਟ ਜਿੰਨੇ ਦੇਖਦੇ ਨੇ ਲੋਕ ਉਹਦਾ ਬਾਅਦ ਚ ਟਾਈਮ ਹੁੰਦਾ ਜਿਹੜਾ ਉਹ ਹਰ ਉਹ ਅਕਾਊਂਟ ਹੁੰਦਾ ਤੇ 4000 ਘੰਟਾ ਪਹਿਲਾਂ ਆਪਾਂ ਉਹ ਚਾਹੀਦਾ ਹੁੰਦਾ ਤੇ ਜਦੋਂ 4000 ਆਪਣਾ ਘੰਟਾ ਪੂਰਾ ਹੋ ਜੇ ਫਿਰ 1000 ਸਬਸਕ੍ਰਾਈਬਰ ਚਾਹੀਦਾ ਹੁੰਦਾ 1000 ਸਬਸਕ੍ਰਾਈਬਰ ਹੋ ਗਿਆ 4000 ਘੰਟਾ ਪੂਰਾ ਹੋ ਗਿਆ ਹਣਾ ਤੇ ਉਸ ਤੋਂ ਬਾਅਦ ਕੋਈ ਆਪਣੇ ਚੈਨਲ ਤੇ ਸਟ੍ਰਾਈਕ ਨਹੀਂ ਹੋਣੀ ਚਾਹੀਦੀ ਤੇ ਉਸ ਤੋਂ ਬਾਅਦ ਆਪਾਂ ਅਪਲਾਈ ਕਰ ਸਕਦੇ ਆਂ ਵੀ ਸਾਡੇ ਚੈਨਲ ਮੋਨਟਾਈਜ਼ ਕਰੋ ਉਸ ਤੋਂ ਬਾਅਦ ਆਪਾਂ ਨੂੰ ਈਮੇਲ ਆਉਣੀ ਹੈ ਇੱਕ episodes channel ਜਿਹੜਾ ਉਹ ਮੋਨਟਾਈਜ਼ ਹੀ ਹੋ ਗਿਆ ਉਦੋਂ ਬਾਅਦ ਆਪਣਾ ਬੈਂਕ ਅਕਾਊਂਟ ਇਹਦੇ ਨਾਲ ਜੁੜਨਾ ਤੇ ਉਦੋਂ ਬਾਅਦ ਪੈਸੇ ਆਇਆ ਕਰਨੇ ਨੇ ਆਪਣਾ ਜਿੰਨੇ ਵੀਊ ਆਇਆ ਕਰਨਗੇ ਉਹਦੇ ਉੱਤੇ ਜਿਹੜੀ ਐਡ ਆਉਣੀ ਹੁੰਦੀ ਉਹ ਆਪਾਂ ਨੂੰ ਪੈਸੇ ਦਿੰਦੀ ਹੁੰਦੀ ਆ ਠੀਕ ਆ ਬਾਈ ਤੇ ਹੋਰ 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 ਮੰਨ ਲਓ ਇਹ ਤੋਂ ਪੈਸੇ ਇੰਨੇ ਕ ਬਣਦੇ ਨੇਗੇ ਜਦੋਂ ਸ਼ੁਰੂਆਤ ਹੁੰਦੀ ਆ 3000 ਵੀਊ ਆ ਗਏ ਜਿਵੇਂ ਹਨਾ 1 ਡਾਲਰ ਬਣ ਜਾਂਦਾ ਉਹਦੇ ਤੋਂ ਬਾਕੀ ਅਡਵਰਟਸ ਹਿਸਾਬਾ ਜਿਵੇਂ ਇੱਕ ਚੈਨਲ ਜਾਦੇ ਚੱਲਣ ਲੱਗ ਜਾਓ ਉਸ ਹਿਸਾਬ ਨਾਲ ਫਰਕ ਪੈਂਦਾ ਜਾਂਦਾ ਉਹ 1 ਮਿਲੀਅਨ ਵਿਊ ਦੇ 30000 ਰੁਪਏ ਦੇ ਲਗਭਗ ਬਣਦਾ ਸਮਝ ਕੇ ਗੱਲ ਮੰਨ ਲਓ ਆਏ ਨੀ ਵੀ ਇੱਕ ਵੀਡੀਓ ਤੇ ਮਿਲੀਅਨ ਆਵੇ ਸਾਰੀਆਂ ਦੇ ਪਲਾਂ ਇਕੱਠੇ ਹੋ ਕੇ ਮਿਲੀਅਨ ਹੋ ਜਾਣ ਓਪਨ 30000 ਰੁਪਏ ਬਣ ਜਾਣਾ ਘਰੇ ਬਹਿਲੇ ਬੈਠਣ ਨਾਲ ਤਾਂ ਚਲੋ ਤੁਸੀਂ ਜੇ ਕੋਈ ਕੰਮ ਲੱਗੂ ਕੋਈ ਪੈਸੇ ਕਮਾਊਗਾ ਵਧੀਆ ਗੱਲ ਹੀ ਆ ਤੇ ਇੱਕ ਨੰਬਰ ਇੱਕ ਤਾਂ ਇਹ ਗੱਲ ਹੋ ਗਈ ਆ ਨਾ ਵੀ ਕਿਵੇਂ ਸ਼ੁਰੂ ਕਰੀਏ ਕਿੰਨੇ ਪੈਸੇ ਬਣਦੇ ਆ ਤੇ ਨੰਬਰ 2 ਕਰਦਿਆਂ ਨੂੰ ਕਿਵੇਂ ਹੈਂਡਲ ਕਰੀਏ ਕਰਦੇ ਕਈ ਵਾਰੀ ਨਹੀਂ ਵੀ ਉਹ ਕਰਨ ਦਿੰਦੇ ਕਰਦਿਆਂ ਨੂੰ ਯਾਰ ਤੁਸੀਂ ਐ ਸਮਝਾਓ ਵੀ ਆਪਾਂ ਤਾਂ ਪੈਸੇ ਕਮਾਉਣੇ ਹੁੰਦੇ ਨਾ ਕੰਮ ਕਰਕੇ ਜ਼ਰੂਰੀ ਤਾਂ ਨਹੀਂ ਗਾ ਵੀ ਕਿਸੇ ਦੇ ਦਿਹਾੜੀ ਜਾ ਕੇ ਪੈਸੇ ਕਮਾਉਣੇ ਆ ਇਹ ਗੱਲ ਜ਼ਰੂਰੀ ਤਾਂ ਨਹੀਂ ਹੈਗੀ ਹੁਣ ਟਾਈਮ ਦੇ ਹਿਸਾਬ ਨਾਲ ਚੇਂਜ ਹੋਣਾ ਚਾਹੀਦਾ ਬੰਦੇ ਨੂੰ ਪਹਿਲਾਂ ਆਪਣੇ ਮਾਪਿਓ ਕਰਦੇ ਹੁੰਦੇ ਖੇਤੀ ਕਰਕੇ ਪੈਸੇ ਕਮਾਉਂਦੇ ਸਭ ਕੁਝ ਹਨ ਕਿੰਨਾ ਮੱਥਾ ਮਾਰਦੇ ਉਦੋਂ ਹੱਥੀਂ ਕੰਮ ਹੁੰਦੇ ਸੀਗੇ ਹੁਣ ਥੋੜੇ ਦਿਮਾਗੀ ਕੰਮ ਨੇ ਦਿਮਾਗ ਤੋਂ ਕੰਮ ਲਿਆ ਕਰੋ ਤੇ ਮਾਂ ਪਿਓ ਨੂੰ ਸਮਝਾਓ ਵੀ ਜੇ ਆਪਾਂ ਘਰੇ ਬੈਠਿਆਂ ਨੂੰ YouTube ਤੋਂ ਪੈਸੇ ਆਉਂਦੇ ਆਪਾਂ ਕਿਉਂ ਆਣਾ ਮੱਥਾ ਮਾਰੀਏ ਤੇ ਵਧੀਆ ਸੌਕੀ ਰੋਟੀ ਖਾਉਂਗੇ ਮਾਂ ਪਿਓ ਨੂੰ ਐ ਸਮਝਾ ਸਕਦੇ ਆ ਤੇ ਭਾਈ YouTube ਦੇ ਨਾ ਉਹ ਬੰਦੇ ਆ ਵਾਸਤੇ ਫਾਇਦਾ ਹੈਗਾ ਜਿਹੜੇ ਆਪ ਮਿਹਨਤ ਕਰਦੇ ਨੇ ਆਪ ਟੈਲੈਂਟ ਲੈ ਕੇ ਆਉਂਦੇ ਨੇ ਨਾ ਕੁਝ ਜਿਹੜੇ ਬੰਦੇ ਚ ਟੈਲੈਂਟ ਆ ਉਹ ਤਾਂ ਇੱਥੇ ਹੈਗਾ ਵਧੀਆ ਝੁਲਕਾ ਹਨਾ ਪਰ ਜਿਹੜਾ ਬੰਦਾ ਹੈਗਾ ਇੰਸਟਾ-ਇੰਸਟਾ ਦੇ ਕਿਸੇ ਦੀ ਚੱਕਰ ਚ ਕੀ ਪਾਉਂਦਾ ਹਨਾ ਉਹਨਾਂ ਕੋਲੇ ਕੰਮ ਹੀ ਇਹ ਆ ਮਨ ਕੇ ਜਿਹੜੀ ਲੰਡੀਆਂ ਗਤਿਹੜਾ ਗੀ ਉਹਨਾਂ ਵਾਸਤੇ YouTube ਤੇ ਕੋਈ ਕੰਮ ਨਹੀਂ ਹੈਗਾ ਉਹ ਆਪਦਾ ਵੀ ਖੇਤੀਬਾੜੀ ਪਤਾ ਕਰੋ ਕੋਈ ਹੋਰ ਕੰਮ ਕਰੋ ਹਨਾ ਸਮਝ ਕੇ ਗੱਲ ਤੇ YouTube ਤੇ ਇਹਦੇ ਨਾਲ ਦੀ ਨਾਲ ਸਟੈਕ বাজਦੀ ਜੇ ਆਪਾਂ ਕਿਸੇ ਦੀ ਕੋਈ ਚੀ ਚੱਕ ਕੇ ਪਾ ਲਈ ਨਾਲ ਦੀ ਨਾਲ ਇਹਦੇ ਉੱਤੇ ਵੱਜਣੀਆਂ ਉਹਦੀ ਆਪ ਹੀ ਉਹ ਉਧਰੋਂ ਰੱਬ ਵੱਲੋਂ ਹੀ ਪਹਿਲਾਂ ਤੋਂ ਹੀ বাজ ਜਾਂਦੀ ਹੈ ਨਾਲ ਦੀ ਨਾਲ ਜੇ ਉਹ ਤਿੰਨ ਵੱਜ ਗਈਆਂ ਤੁਹਾਡਾ ਚੈਨਲ ਸਾਰਾ ਬਾਈ ਜੜ ਚੋਂ ਪਟਿਆ ਜਾਊਗਾ ਮੁੜ ਕੇ ਨਵਾਂ ਬਣਾਉਣਾ ਪਊਗਾ ਤੇ ਇਹ ਚੀਜ਼ਾਂ ਦਾ ਇੱਥੇ ਥੋੜਾ ਧਿਆਨ ਰੱਖਣਾ ਪੈਂਦਾ ਗਾਈਡਲਾਈਨਸ ਇਹਦੀਆਂ ਬਹੁਤ ਸਖਤ ਨੇ ਗੀਆਂ ਕੋਈ ਵੀ ਆਪਾਂ ਪੁੱਠੀ ਸਿੱਧੀ ਚੀਜ਼ ਨਹੀਂ ਪਾ ਸਕਦੇ ਉਹਦੇ ਤੇ ਚੰਗੀਆਂ ਚੀਜ਼ਾਂ ਹੀ ਪਾ ਸਕਦੇ ਆ ਤਾਂ ਹੀ YouTube ਤੇ ਦੇਖੋ ਜਿਆਦਾ ਗੰਦ ਨਹੀਂ ਹੁੰਦਾ ਹਨਾ ਗਾਈਡਲਾਈਨਸ ਦੇ ਥੱਲੇ ਚੱਲਣਾ ਪੈਂਦਾ ਬਾਈ ਇਹ ਚੱਕ ਕੇ ਚੈਨਲ ਭਰਾ ਮਾਰਦੇ ਆ ਬਾਲਾ ਸੁਣਦੇ ਸੰਦੇ ਨਹੀਂ ਕਿਸੇ ਦੀ ਇਹ ਹੂੰ ਤੇ ਬਾਕੀ ਹੋਰ ਹੋਰ ਤਾਂ ਇਹਦੇ ਬਸ ਐ ਹੀ ਫਾਇਦੇ ਨੇ ਵੀ ਘਰੇ ਬਹਿ ਕੇ ਪੈਸੇ ਪੂਸੇ ਕਮਾ ਲਿਆ ਕਰੋ ਸੁਣਾ ਦਿਆ ਕਰੋ ਚਾਰ ਗੱਲਾਂ ਲੋਕਾਂ ਨੂੰ ਸਾਂਝ ਨੂੰ ਮੇਰੀ ਗੱਲ ਤੇ ਬਣਾ ਲਓ ਚੈਨਲ ਸਾਰੇ ਜਿਹੜੇ ਬੇਲੇ ਨੇ ਮੇਰੇ ਵਰਗੇ ਬੇਰੋਜ਼ਗਾਰ ਨੇ ਵਧੀਆ ਰੋਟੀ ਪਾਣੀ ਚੱਲੂ ਸਾਰਿਆਂ ਦਾ ਤੇ ਬਣਾਉਣਾ ਸਾਨੂੰ ਸਖਿਆਤਾ ਸੀ ਪੈਸੇ ਸਾਨੂੰ ਦੱਸਦੇ ਸੀ ਤੇ ਬਾਕੀ ਬਾਬੇ ਹੋਰ ਤਾਂ ਕੁਝ ਨਹੀਂ ਤੇ ਬਾਕੀ ਬਸ ਆਹੀ ਆ ਜਿਵੇਂ ਜੱਫੇਦਾਰ ਜੱਫੇਦਾਰ ਹੋਗੇ ਉਵੇਂ ਫੇਸਬੁੱਕ ਵਾਲੀ ਫੇਸਬੁੱਕ ਬਣ ਕੇ ਰਹਿ ਗਈ ਸਾਨੂੰ YouTube ਚਲਾਉਣ ਦਾ ਇਹੀ ਫਾਇਦਾ ਹੈ ਵੀ ਸਾਨੂੰ ਇੱਥੇ ਜਾਦੇ ਵਿਦਵਾਨ ਨਹੀਂ ਟੱਕਰਨਗੇ YouTube ਤੇ ਘੱਟ ਵਿਦਵਾਨ ਨੇਗੇ ਫੇਸਬੁੱਕ ਤੇ ਤਾਂ ਜਾਦੇ ਇਹੋ ਜਿਹੇ ਵਿਦਵਾਨ ਹੀ ਨੇਗੇ ਵੀ ਜਿਹੜੇ ਜਮਾ ਬੈਲੇ ਨਹੀਂ ਉਹਨਾਂ ਨੇ ਕੰਮ ਹੀ ਕੁਛ ਨਹੀਂ ਚੰਗੀ ਚੀਜ਼ ਨੂੰ ਹੀ ਮਾੜਾ ਉਹਨਾਂ ਨੇ ਕਹਿਣੀ ਕਹਿਣਾ ਤੇ YouTube ਦਾ ਬਸ ਇਹ ਫਾਇਦਾ ਹੈਗਾ ਵੀ ਇੱਥੇ ਬਦਮਾਨ ਘੱਟ ਟੱਕਰ ਦੇ ਨੇ ਤੁਸੀਂ ਆਪਦੀ ਚੀਜ਼ ਨੂੰ ਮੂਰੇ ਲੈ ਕੇ ਆ ਸਕਦੇ ਹੋ ਬਾਈ ਬਾਕੀ ਸਾਨੂੰ ਸਾਰੀ ਗੱਲਬਾਤ ਸਮਝਾਤੀ ਤੇ ਜੇ ਕੁਝ ਰਹਿ ਗਿਆ ਉਹ ਤੁਸੀਂ ਕਮੈਂਟਾਂ ਚ ਪੁੱਛ ਸਕਦੇ ਹੋ ਆਪਾਂ ਤੁਹਾਨੂੰ ਕਮੈਂਟਾਂ ਚ ਹੀ ਜਵਾਬ ਦੇ ਦਾਂਗੇ ਤੇ ਬਾਕੀ ਜੇ ਬਲੌਗ ਲੱਗਿਆ ਸਾਨੂੰ ਘੈਂਟ ਹਨ ਤੁਸੀਂ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ ਕਿਉਂਕਿ ਖਾਸਾ ਮੱਥਾ ਵਾਜੇ ਜਾਂਦਾ ਗੱਲਬਾਤ ਕਰਨ ਚੀ ਡਾਟ ਡਾਟ ਕਰਨੀ ਪੈਂਦੀ ਆ ਬਹੁਤ ਲਲਾ ਭਾਬਾ ਕਰਨਾ ਪੈਂਦਾ ਤੇ ਮੇਰਾ ਭਰਾ ਕਰ ਦੋ ਸਬਸਕ੍ਰਾਈਬ ਤੇ ਜੇ ਸੋ ਬਾਈ ਜਾਨਸ ਤੁਸੀਂ ਕੋਈ ਭਰਾ ਗੱਲ ਸੁਣ ਕੇ ਚੈਨਲ ਬਣਾਉਂਦਾ ਤਾਂ ਰੱਬ ਤੁਹਾਨੂੰ ਤਰੱਕੀ ਦੇਵੇ ਬਾਈ ਤੇ ਚੈਨਲ ਜੇ ਤੁਸੀਂ ਕਿਸੇ ਦਾ ਸਬਸਕ੍ਰਾਈਬ ਕਰਾਉਗੇ ਤਾਂ ਕੋਈ ਸੌਦਾ ਵੀ ਕਰੂਗਾ ਤੇ ਕਰ ਲਓ ਮੇਰਾ ਭਰਾ ਤੇ ਗੱਲਬਾਤ ਕੈਟਲੈਟੀ ਦਾ ਸ਼ੇਅਰ ਕਰਦੇ ਹੋ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ